ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਅੱਜ ਸਿਰਫ ਇਸ ਵੀਡੀਓ ਦਾ ਇੰਨਾ ਕੁ ਮੁੱਦਾ, ਜਿੱਦਾਂ ਤੁਸੀਂ ਸਾਰੇ ਜਾਣਦੇ ਹੋ, ਆਪਣਾ ਵੀਰ ਸੂਰਜਦੀਪ ਸਿੰਘ ਬ੍ਰੈਂਪਟਨ ਦੇ ਵਿੱਚ ਜਿਸ ਦੀ ਹੱਤਿਆ ਹੋ ਚੁੱਕੀ ਆ, ਇਸ ਹੱਤਿਆ ਕਰਕੇ ਸਭ ਤੋਂ ਮੰਦਭਾਗੀ, ਚਲੋ ਜਿਹੜਾ ਮਾੜਾ ਟਾਈਮ ਵਾ ਉਹ ਸਿਰਫ ਪਰਿਵਾਰ ਹੀ ਜਾਣ ਸਕਦਾ, ਖਾਸ ਕਰਕੇ ਉਹ ਮਾਂ ਜਿਹਦੀ ਹੱਸਦੀ ਖੇਡ ਦੀ ਕੁੱਖ ਜਿਹੜੀ ਆ ਉਹ ਅੱਜ ਸੁੰਨੀ ਹੋ ਚੁੱਕੀ ਆ। ਤੇ ਪੁੱਤ ਲੱਖ ਕੋਈ ਹੋਰ ਬਣ ਜੇ, ਪਰ ਅਸਲੀ ਪੁੱਤ ਵਰਗਾ ਪੁੱਤ ਕੋਈ ਹੋਰ ਨਹੀਂ ਬਣ ਸਕਦਾ, ਆਪਾਂ ਸਾਰੇ ਜਾਣਦੇ ਹਾਂ। ਜਿਹੜੀ ਗੱਲ ਨੇ ਮੇਰਾ ਹਿਰਦਾ ਵਲੂੰਦਰਿਆ ਵਾ, ਉਹ ਸਭ ਤੋਂ ਜ਼ਿਆਦਾ ਇਹ ਗੱਲ ਆ ਵੀ ਆਪਾਂ ਰੋਜ਼ ਦੇਖ ਰਹੇ ਹਾਂ ਵੀ ਹੁਣ ਸਿੰਘ ਮੂਹਰੇ ਆਏ ਆ ਕੁਝ ਕੁ, ਜਾਂ ਹੋਰ ਆਪਣੇ ਪੰਜਾਬੀ ਭਾਈਚਾਰੇ ਦੇ ਲੋਕ ਸਾਰੇ ਸਤਿਕਾਰਯੋਗ ਆ, ਸਾਰੇ ਹੁਣ ਮੂਹਰੇ ਆ ਰਹੇ ਆ, ਤੇ ਮੇਰੇ ਹਿਸਾਬ ਦੇ ਨਾਲ ਜਿੰਨੀ ਤਦਾਦ ਚ ਆਉਣੇ ਚਾਹੀਦੇ ਆ ਉਹਨੇ ਆ ਨਹੀਂ ਰਹੇ। ਹੋ ਸਕਦਾ ਮੈਂ ਗਲਤ ਵੀ ਹੋਵਾਂ ਇਸ ਗੱਲ ਦੇ ਵਿੱਚ, ਪਰ ਆਪਾਂ ਕੰਮਾਂ ਕਾਰਾਂ ਦੇ ਵਿੱਚ, ਜਿਵੇਂ ਮੈਂ ਵੀ ਇਸ ਟਾਈਮ ਕੰਮ ਤੇ ਆ, ਕੰਮਾਂ ਕਾਰਾਂ ਦੇ ਵਿੱਚ ਆਪਾਂ ਆਪਣੇ ਆਪ ਨੂੰ ਇੰਨਾ ਕੁ ਬਿਜ਼ੀ ਰੱਖਦੇ ਆ, ਆਪਣਾ ਇਹੀ ਮਨਸ਼ਾ ਵਾ ਵੀ ਜੇ ਕਿਸੇ ਦੇ ਘਰੇ ਅੱਗ ਲੱਗ ਗਈ ਆ ਕੋਈ ਗੱਲ ਨੀ, ਜਦੋਂ ਸਾਡੇ ਆਊਗੀ ਅਸੀਂ ਉਦੋਂ ਪ੍ਰਪੇਅਰ ਹੋ ਜਾਵਾਂਗੇ। ਪਰ ਇਹ ਦਸਤੂਰ ਵਾ ਕੁਦਰਤ ਦਾ, ਜੇ ਕਿਸੇ ਦੇ ਘਰੇ ਅੱਗ ਲੱਗੀ ਆ ਤੇ ਆਪਣੇ ਵੱਲ ਨੂੰ ਆਊਗੀ, ਜ਼ਰੂਰ ਆਊਗੀ, ਅੱਜ ਨਹੀਂ ਤੇ ਭਲਕੇ ਆਜੂਗੀ। ਤੇ ਇਹ ਸਿਰਫ ਉਹਨਾਂ ਵਾਸਤੇ ਗੱਲ ਜਿਹੜੇ ਤਾਂ ਵੀਰ ਗਰਾਊਂਡ ਲੈਵਲ ਤੇ ਹੈਗੇ ਆ, ਬਈ ਬਹੁਤ ਚੜ੍ਹਦੀ ਕਲਾ, ਬੜਾ ਵਧੀਆ ਸਾਰੇ ਕੰਮ ਕਰ ਰਹੇ ਆ, ਸ਼ਾਬਾਸ਼ ਹਨਾ। ਤੇ ਜਿਹੜੇ ਵੀਰਾਂ ਦਾ ਹਜੇ ਅੰਦਰੋਂ ਹੌਸਲਾ ਨਹੀਂ ਉੱਠਿਆ ਵੀ ਅੱਗੇ ਆਈਏ, ਸਮਰਥਨ ਕਰੀਏ ਇਸ ਚੀਜ਼ ਦਾ, ਹਾਂ ਪੁਲਿਸ ਆਪਣਾ ਕੰਮ ਕਰ ਰਹੀ ਆ, ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ, ਉਹਦੇ ਵਿੱਚ ਕੋਈ ਕਮੀ ਨਹੀਂ, ਉਹਦੇ ਪ੍ਰਤੀ ਕੋਈ ਰੋਸ ਨਹੀਂ। ਇੰਨਾ ਕੁ ਦੁੱਖ ਵਾ ਵੀ ਆਪਣੀ ਕਮਿਊਨਿਟੀ ਉਸ, ਵੈਸੇ ਤਾਂ ਆਪਣੀ ਕਮਿਊਨਿਟੀ ਇੱਕ ਵਾ, ਪਰ ਜਦੋਂ ਏਦਾਂ ਦੀ ਕੋਈ ਬਿਪਤਾ ਆਉਂਦੀ, ਹੁਣ ਆਪਾਂ ਇੱਕੇ ਦਾ ਸਬੂਤ ਕਿਉਂ ਨਹੀਂ ਦਿੰਦੇ? ਹੁਣ ਆਪਾਂ ਨੂੰ ਇੱਕੇ ਦਾ ਸਬੂਤ ਦੇ ਕੇ ਇਕਜੁੱਟ ਹੋ ਕੇ ਘਰਾਂ ਚੋਂ ਬਾਹਰ ਆਉਣਾ ਚਾਹੀਦਾ ਵਾ, ਤਾਂ ਜੋ ਸਭ ਤੋਂ ਮੇਨ ਵੱਡੀ ਗੱਲ ਆ, ਹੁਣ ਮੰਨ ਲਈਏ ਵੀ ਮੈਂ ਇੱਥੇ ਕੰਟਰੀ ਚ ਆਇਆ ਵਾਂ, ਸਾਰਿਆਂ ਦੇ ਡ੍ਰੀਮਸ ਵਾ ਮੈਂ ਵੱਡਾ ਘਰ ਲਵਾਂ, ਵੱਡੀ ਗੱਡੀ ਲਵਾਂ, ਕਿਹਦੇ ਵਾਸਤੇ? ਆਪਣੀ ਪੰਜਾਬੀ ਕਮਿਊਨਿਟੀ ਤਾਂ ਹੀ ਵੱਡੇ ਘਰ ਗੱਡੀਆਂ ਲੈਂਦੀ ਵੀ ਆਪਣੇ ਬੱਚੇ ਆਨੰਦ ਮਾਣਨ ਇਹਨਾਂ ਚੀਜ਼ਾਂ ਦਾ। ਜੇ ਆਪਣੇ ਘਰ ਦੇ ਚਿਰਾਗ ਹੀ ਬੁੱਝ ਗਏ ਉਹ, ਆਪਾਂ ਵੱਡੀਆਂ ਗੱਡੀਆਂ ਤੇ ਵੱਡੇ ਘਰ ਕਰਨੇ ਕੀ ਆ? ਇਸ ਕਰਕੇ ਮੰਨ ਕੇ ਚੱਲੋ ਵੀ ਜੇ ਤੁਹਾਡੇ ਬੱਚੇ ਸਿਕਿਓਰ ਵਾ ਸਮਾਜ ਦੇ ਵਿੱਚ, ਤੁਸੀਂ ਖੁਸ਼ ਵਾ, ਵਧੀਆ ਜ਼ਿੰਦਗੀ ਲੰਘੂਗੀ, ਸਮਾਜ ਸਿਵਿਲਾਈਜ਼ ਸੋਸਾਇਟੀ ਦੇ ਵਿੱਚ ਰਲ ਮਿਲ ਕੇ ਹੀ ਟਾਈਮ ਪਾਸ ਹੁੰਦਾ, ਜਿਹੜੀ ਰੋਜੀ ਰੋਟੀ ਆਪਾਂ ਸਾਰਿਆਂ ਨੇ ਆਪਣੀ ਆਪਣੀ ਖਾਣੀ ਆ। ਪਰ ਜਿਹੜੀ ਮੇਨ ਗੱਲ ਆ, ਏਕੇ ਦਾ ਸਬੂਤ ਆਪਾਂ ਨੂੰ ਜ਼ਰੂਰ ਦੇਣਾ ਚਾਹੀਦਾ ਇਕੱਠੇ ਹੋ ਕੇ, ਕਿਉਂਕਿ ਸਮਾਜ ਬੰਦਿਆਂ ਨਾਲ ਹੀ ਬਣਦਾ ਵਾ। ਤੇ ਜੇ ਆਪਾਂ ਕਹੀਏ ਵੀ ਕਿਸੇ ਦਾ ਗਿਆ ਆਪਾਂ ਨੂੰ ਕੀ ਆ, ਉਹ ਗੱਲ ਹੈਗੀ ਗਲਤ। ਤੇ ਜਿਹੜੇ ਵੀਰ ਕੰਮ ਕਰ ਰਹੇ ਇਸ ਪ੍ਰਤੀ, ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਹਨਾ। ਇਸੇ ਨਾਲ ਆਪਾਂ ਵੀ ਕੈਲਗਰੀ ਦੇ ਵਿੱਚ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕਰਨਾ ਵਾ, ਸਿੰਘ ਵਾਸਤੇ ਪ੍ਰੋਟੈਸਟ ਨਹੀਂ ਕਹਿ ਸਕਦੇ, ਕੈਂਡਲ ਲਾਈਟ ਵਿਜਲ ਕਰਨਾ ਵਾ, ਤੇ ਆਪਾਂ ਮਤਲਬ ਇੱਕ ਸ਼ਰਧਾਂਜਲੀ ਦੇਵਾਂ, ਕੁਝ ਨਾ ਕਰਨ ਨਾਲੋਂ ਕੁਝ ਕੀਤਾ ਚੰਗਾ ਜੀ। ਤੇ ਬਾਕੀ ਚਲੋ ਜਿਹੜੇ ਵੀਰਾਂ ਦੇ ਮਨ ਚ ਇਹ ਵੀ ਆ ਵੀ ਇਹਦੇ ਨਾਲ ਹੋ ਕੀ ਜਾਊਗਾ, ਇਹ ਕੈਂਡਲ ਲਾਈਟ ਵਿਜਲ ਨਾਲ ਕੀ ਹੋ ਜਾਊਗਾ ਜਾਂ ਕੁਛ ਵੀ, ਦੇਖੋ ਹੋਣ ਦਾ ਆਊਟਕਮ ਆਪਣਾ ਮੁੱਦਾ ਨਹੀਂ ਗਾ, ਆਪਣਾ ਵਿਸ਼ਾ ਹੈਗਾ ਆਪਾਂ ਕੀ ਕਰਨਾ ਵਾ, ਕੁਝ ਨਾ ਕਰਨ ਨਾਲੋਂ ਕੁਝ ਕੀਤਾ ਚੰਗਾ ਵਾ। ਤੇ ਮੇਰੀ ਬੇਨਤੀ ਆ, ਵੱਧ ਘੱਟ ਬੋਲਿਆ ਗਿਆ ਤਾਂ ਮਾਫ਼ ਕਰਿਓ ਜੀ, ਤੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।